ਪੰਜਾਬੀ ਐਕਟ ਇਨ ਫਰੰਟ ਆਫ ਯੂ। ਆਪਾਂ ਛੋਟੇ ਤੋਂ ਬੜੇ ਹੋ ਜਾਂਦੇ ਹਾਂ, ਅੱਗੇ ਵੱਧਦੇ ਜਾਂਦੇ ਹਾਂ। ਅਗਰ ਕੋਈ ਤੁਹਾਨੂੰ ਪੁੱਛੇ ਤੁਸੀਂ ਇੱਥੋਂ ਤੱਕ ਕਿਵੇਂ ਪਹੁੰਚੇ, ਤਾਂ ਤੁਸੀਂ ਕੀ ਕਹੋਗੇ? ਜੀਵਨ ਵਿੱਚ ਸਫਲ ਹੋਣ ਲਈ ਜਿਹੜਾ ਮੁੱਲ, ਦਰਿੱਦਰ ਇਰਾਦਾ, ਮਿਹਨਤ ਵਾਲਾ ਕੰਮ ਤੁਹਾਨੂੰ ਚਾਹੀਦਾ ਹੈ, ਉਹ ਤੁਹਾਨੂੰ ਕਿੱਥੋਂ ਤੋਂ ਮਿਲੂਗਾ? ਪੁੱਛੋ ਪੁੱਛੋ, ਖੁਦ ਤੋਂ ਪੁੱਛੋ। ਇਹ ਚੀਜ਼ ਇੱਕ ਆਰੀਅਨ ਨਾਮ ਦਾ ਮੁੰਡਾ ਖੁਦ ਤੋਂ ਵੀ ਪੁੱਛ ਰਿਹਾ ਹੈ। ਉਹ ਤੁਹਾਡੀ ਤਰ੍ਹਾਂ ਨਵੋਦਿਆ ਵਿੱਚ ਪੜ੍ਹਿਆ ਹੋਇਆ ਸੀ। ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਅੱਜ ਤਾਂ ਮੈਨੂੰ ਨੋਵਲ ਦੇ 4 ਚੈਪਟਰ ਲਿਖਣੇ ਹੀ ਆ। ਹੋਰ ਵੀ ਕੀ ਹਾਲ? ਵਧੀਆ ਵਧੀਆ, ਤੂੰ ਕਿਵੇਂ? ਮੈਂ ਵੀ ਵਧੀਆ ਹਾਂ। ਹੋਰ ਦੱਸ, ਕਿਵੇਂ ਯਾਦ ਕੀਤਾ? ਹੋਰ ਕੀ ਦੱਸਾਂ, ਅੱਜ ਇੱਕ ਨਵੀਂ ਜੀ ਫਿਲਮ ਆਈ ਆ ਗਣਪਤ ਟਾਈਗਰ ਭਰਾ ਦੀ, ਆ ਵੇਖਣਾ ਤਾਂ ਬਣਦਾ ਹੀ ਆ। ਨਹੀਂ ਯਾਰ, ਅੱਜ ਤਾਂ ਮੈਨੂੰ ਨੋਵਲ ਦੇ 4 ਚੈਪਟਰ ਲਿਖਣੇ ਹੀ ਆ। ਉਹ ਛੱਡ ਤੂੰ ਭਰਾਵਾ, ਫਾਲਤੂ ਦੀ ਟੈਨਸ਼ਨ ਕਿਉਂ ਲੈਂਦਾ ਏ? ਪਿਕਚਰ ਵੇਖਣ ਤੋਂ ਤੁਹਾਡਾ ਮੂੰਹ ਠੀਕ ਹੋ ਜੂਗਾ, ਤੂੰ 4 ਦੀ ਜਗ੍ਹਾ 8 ਚੈਪਟਰ ਕਰ ਲੂਗਾ। ਤੂੰ ਮਾੜਾ ਜਿਹਾ ਰੁਕ, ਮੈਂ ਤੈਨੂੰ ਦੱਸਦਾ ਹਾਂ। ਹੁਣ ਆਰੀਅਨ ਫਸ ਗਿਆ। ਹੁਣ ਤੁਹਾਨੂੰ ਲੈ ਕੇ ਚੱਲਦੇ ਆ ਉਸਦੇ ਬਚਪਨ ਵਿੱਚ, ਜਦੋਂ ਵੀ ਕੁਝ ਅਜਿਹਾ ਹੀ ਹੋਇਆ ਸੀ। ਅੱਜ ਸਾਇੰਸ ਦੇ 2 ਚੈਪਟਰ ਅੱਛੇ ਤੋਂ ਪੜ੍ਹ ਲਵਾਂਗਾ, ਐਵੇਂ ਹੌਲੀ ਹੌਲੀ ਸਾਰਾ ਸਿਲੇਬਸ ਪੂਰਾ ਹੋ ਜੂਗਾ। ਹੋਰ ਕੀ ਹਾਲ? ਵਧੀਆ ਹੀ ਹਾਂ, ਹੋਰ ਦੱਸ। ਮੈਂ ਵੀ ਵਧੀਆ ਹੀ ਹਾਂ। ਚੱਲ ਟੀਵੀ ਵੇਖਣ ਚੱਲਦੇ ਹਾਂ, ਆਹ ਸੀਨੀਅਰ ਨਵੀਂ ਜੀ ਫਿਲਮ ਚਲਾਉਣਗੇ। ਪਰ ਭਰਾਵਾ, ਪੜ੍ਹਾਈ ਦਾ ਕੀ? ਪੜ੍ਹਾਈ ਤਾਂ ਹੋ ਜਾਣਗੀ, ਟੀਵੀ ਵੇਖਣ ਤੇਰਾ ਮੂਡ ਜਿਹਾ ਵੀ ਠੀਕ ਹੋ ਜੂਗਾ। ਪਰ ਭਰਾਵਾ, ਚੈਪਟਰ ਤਾਂ ਰਹਿ ਜਾਣਗੇ। ਉਹ ਭਰਾਵਾ ਚੱਲ, ਹੁਣ ਤਾਂ ਕੁਛ ਦੱਸਣ ਦੀ ਲੋੜ ਹੀ ਨਹੀਂ। ਸਾਇੰਸ ਦੇ ਥਰਮ ਦੀ ਜਗ੍ਹਾ ਫਿਲਮ ਦੇ ਐਕਸ਼ਨ ਸੀਨ ਡਿਸਕਸ ਹੋਏ ਹੋਣਗੇ। ਖੁਦ ਐਕਟਰ ਬਣ ਕੇ ਐਕਟਰਾਂ ਨੂੰ ਐਕਟਿੰਗ ਸਿਖਾਈ ਹੋਣਗੀ। ਹੁਣ ਤਾਂ ਇਹ ਵੀ ਦੱਸਣ ਦੀ ਜ਼ਰੂਰਤ ਨਹੀਂ ਕੱਲ੍ਹ ਸਕੂਲ ਵਿੱਚ ਕੀ ਹੋਊਗਾ। ਹੋਰ ਬਈ, ਕਰਲੀ ਪੜ੍ਹਾਈ? ਮਾਸਟਰ ਜੀ, ਪੜ੍ਹਾਈ ਤਾਂ ਨਹੀਂ ਹੋਈ। ਤਾਂ ਫਿਰ ਕੀ ਕੀਤਾ? ਟੀਵੀ ਵੇਖਿਆ ਸੀ। ਬਹੁਤ ਵਧੀਆ। ਮਾਸਟਰ ਜੀ, ਕੱਲ੍ਹ ਤੱਕ ਪੂਰਾ ਹੋ ਜੂਗਾ। ਉਹ ਤਾਂ ਮੈਨੂੰ ਪਤਾ, ਤੂੰ ਕਿੰਨਾ ਕਰ ਲੈਣਗਾ। ਕੀ ਯਾਰ, ਮਾਸਟਰ ਜੀ ਨੇ ਫਾਲਤੂ ਵਿੱਚ ਡਾਂਟ ਦਿੱਤਾ, ਟੀਵੀ ਤਾਂ ਵੇਖਿਆ ਸੀ, ਕਿਹੜਾ ਕਿਸੇ ਦਾ ਮਰਡਰ ਕਰ ਦਿੱਤਾ। ਅੱਜ ਨਹੀਂ ਤਾਂ ਕੱਲ੍ਹ ਕੰਮ ਪੂਰਾ ਹੋ ਜੂਗਾ। ਉਹ ਸੋਚ ਰਿਹਾ ਹੋਗਾ ਕਿ ਮਾਸਟਰ ਜੀ ਨੇ ਤਾਂ ਮੈਨੂੰ ਫਾਲਤੂ ਵਿੱਚ ਡਾਂਟ ਦਿੱਤਾ, ਛੋਟੀ ਜਿਹੀ ਤਾਂ ਗੱਲ ਆ, ਤੁਸੀਂ ਖੁਦ ਹੀ ਦੱਸੋ ਕਿ ਇਹ ਛੋਟੀ ਗੱਲ ਆ। ਹੁਣ ਮੈਂ ਇਹਨੂੰ ਕਿਵੇਂ ਸਮਝਾਉਣਗਾ ਕਿ ਇਹ ਗਲਤੀ ਇਹਦੀ ਆਦਤ ਬਣ ਜਾਣਗੀ, ਕਾਮ ਚੋਰੀ ਇਹਦੇ ਮਨ ਵਿੱਚ ਘਰ ਬਸਾ ਲੈਣਗੀ, ਫਿਊਚਰ ਵਿੱਚ ਵੀ ਇਹ ਕੰਮ ਕਰਨ ਦੀ ਬਜਾਏ ਮਜ਼ੇ ਕਰਨਗਾ। ਯਕੀਨ ਨਹੀਂ ਹੁੰਦਾ ਹੈ ਤਾਂ ਤੁਸੀਂ ਖੁਦ ਹੀ ਵੇਖ ਲੈਣਾ। ਚੱਲ ਠੀਕ ਹੈ ਭਰਾਵਾ, ਚੱਲਦੇ ਹਾਂ। ਵਧੀਆ ਪਿਕਚਰ ਬਹੁਤ ਵਧੀਆ ਸੀ। ਹਾਂ ਭਰਾਵਾ, ਲੇਕਿਨ ਮੇਰੇ 4 ਚੈਪਟਰ ਤਾਂ ਰਹਿ ਹੀ ਗਏ। ਚੱਲ ਮੈਂ ਚੱਲਦਾ ਹਾਂ। ਚੱਲ ਠੀਕ ਆ। ਹੁਣ ਮੈਂ ਕੱਲ੍ਹ ਪਬਲਿਸ਼ਰ ਨੂੰ ਕੀ ਦੱਸੂੰਗਾ, ਮੇਰੇ 4 ਚੈਪਟਰ ਤਾਂ ਰਹਿ ਹੀ ਗਏ। ਆਰੀਅਨ ਜੀ, ਨੋਵਲ ਮਾਸਟਰ ਜੀ ਪੂਰਾ ਨਹੀਂ ਹੋਇਆ। ਤੁਸੀਂ ਤਾਂ ਕਹਿੰਦੇ ਸੀ ਕਿ 2 ਮਹੀਨੇ ਬਾਅਦ ਮੇਰੇ ਹੱਥ 'ਚ ਰੱਖ ਦੇਵਾਂਗੇ, ਹੁਣ ਜੀ ਦੇ ਦੇਵਾਂਗਾ। ਤਾਂ ਮੈਂ ਵੀ ਪੈਸੇ ਦੇ ਦੇਵਾਂਗਾ ਕਿਸੇ ਹੋਰ ਨੋਵਲਿਸਟ ਨੂੰ, ਤੁਸੀਂ ਕੋਈ ਹੋਰ ਪਬਲਿਸ਼ਰ ਲੱਭ ਲਓ ਜੀ। ਮੁੱਕੋ ਹੋਰ, ਹੁਣ ਤੁਸੀਂ ਜਾ ਸਕਦੇ ਹਾਂ। ਦੇਖਿਆ ਹੁਣ ਕੀ ਹੋਇਆ, ਇਸ ਲਈ ਕਹਿੰਦੇ ਆ ਸਕੂਲ ਹੀ ਸਭ ਕੁਝ। ਸਕੂਲ ਸਾਨੂੰ ਕੇਵਲ ਸਿੱਖਿਆ ਹੀ ਨਹੀਂ ਦਿੰਦਾ, ਉਹ ਸਾਨੂੰ ਜੀਵਨ ਦੇ ਗੁਣ ਵੀ ਸਿਖਾਉਂਦਾ ਹੈ। ਜਿਹੜਾ ਇਹਨ ਗੁਣਾਂ ਨੂੰ ਸਿੱਖ ਲੈਂਦਾ ਹੈ ਉਹ ਜੀਵਨ ਵਿੱਚ ਸਫਲ ਹੋ ਜਾਂਦਾ ਹੈ, ਜਿਹੜਾ ਨਹੀਂ ਸਿੱਖਦਾ ਉਹ ਆਰੀਅਨ ਦੀ ਤਰ੍ਹਾਂ ਜੀਵਨ ਵਿੱਚ ਫੇਲ ਹੋ ਜਾਂਦਾ ਹੈ। ਥੈਂਕ ਯੂ।